कपिल शर्मा शो नूं लैके एक नवा विवाद खड़ा हो गया। दरअसल द कपिल शर्मा शो एक कॉमेडी शो है जिस दे विच एक्ट कर रहे करैक्टर जिहड़े ने ओह कई वार अजिहा कुछ कर जांदे ने जो कि विवादां दे विच आ जांदा है। तां इस वार भी एक वकील दे वल्लों शो दे खिलाफ एफ आई आर दर्ज करन दी मंग कीती गई है। मामला है कि शो दे विच एक एपीसोड है जिस दे विच श्रीआम जिहड़े शो दे करैक्टर ने ओह शराब पींदे नज़र आ रहे ने। हालांकि लिखिया जरूर होया कि शराब पीना हानिकारक है, पर बावजूद उस दे शो दे विच शराब पींदे करैक्टर नज़र आ रहे ने। ते नाल ही लड़कियां दे खिलाफ शो दे विच भद्दी शब्दावली दी भी वरतों की गई है, जिसनों लैके वकील दे वल्लों हुण एफ आई आर दर्ज करन दी मंग की जा रही है। दस दिए कि द कपिल शर्मा शो कपिल शर्मा दा ये शो है कॉमेडी शो है जिस दे विच हासे मजाक दे विच कई वार अजिहियां गल्लां जिहड़ियां ने ओह हो जांदियां ने जिसनों लैके फिर वड्डे विवाद खड़े हो जांदे ने। ते इस वार भी अजिहा ही होया, एक वकील दे वल्लों ये मुद्दा चुक्या गया कि कपिल शर्मा शो दे खिलाफ एफ आई आर दर्ज होनी चाहीदी है। ਤਾਂ ਸ਼ਿਵਪੁਰੀ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਦ ਕਪਿਲ ਸ਼ਰਮਾ ਸ਼ੋ ਦੇ ਇੱਕ ਐਪੀਸੋਡ ਦੇ ਖਿਲਾਫ਼ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ। ਇੱਕ ਐਪੀਸੋਡ ਕਪਿਲ ਸ਼ਰਮਾ ਸ਼ੋ ਦਾ ਆਇਆ ਸੀ ਜਿਸ ਦੇ ਵਿੱਚ ਕੁਝ ਕਲਾਕਾਰ ਜਿਹੜੇ ਨੇ ਕੁਝ ਕਰੈਕਟਰ ਜਿਹੜੇ ਨੇ ਉਹ ਸਟੇਜ ਦੇ ਉੱਤੇ ਸ਼ਰਾਬ ਪੀਂਦੇ ਹੋਏ ਨਜ਼ਰ ਆ ਰਹੇ ਨੇ, ਜਿਸ ਦੇ ਚੱਲਦਿਆਂ ਇੱਕ ਵਕੀਲ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਕਿ ਇਸ ਦੇ ਖਿਲਾਫ਼ ਐਫ ਆਈ ਆਰ ਦਰਜ ਕੀਤੀ ਜਾਵੇ ਕਿਉਂਕਿ ਸ਼ੋ ਦੇ ਵਿੱਚ ਲੜਕੀਆਂ ਨੂੰ ਲੈ ਕੇ ਵੀ ਅਸ਼ਲੀਲ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ, ਭੱਦੀ ਸ਼ਬਦਾਵਲੀ ਦੀ ਵਰਤੋਂ ਕੀਤੀ ਜਾ ਰਹੀ ਹੈ। ਇਸ ਦੇ ਤਹਿਤ ਇੱਕ ਸ਼ੋ ਦੇ ਵਿੱਚ ਸਟੇਜ ਦੇ ਉੱਤੇ ਬਕਾਇਦਾ ਅਦਾਲਤ ਲਗਾਈ ਗਈ ਸੀ ਜਿਸ ਦੇ ਵਿੱਚ ਸਟੇਜ 'ਤੇ ਜਨਤਕ ਤੌਰ ਦੇ ਉੱਤੇ ਕਲਾਕਾਰ ਜਿਹੜੇ ਨੇ ਸ਼ਰਾਬ ਪੀਂਦੇ ਨੇ। ਇਸ ਨਾਲ ਕਾਨੂੰਨ ਅਦਾਲਤ ਦੀ ਵੀ ਬੇਇੱਜ਼ਤੀ ਹੈ। ਇਹ ਸਾਰਾ ਕੁਝ ਵਕੀਲ ਦੇ ਵੱਲੋਂ ਲਿਖਿਆ ਗਿਆ ਹੈ, ਕਿਹਾ ਗਿਆ ਕਿ ਮੈਂ ਅਦਾਲਤ ਦੇ ਵਿੱਚ ਧਾਰਾ 356(3) ਦੇ ਤਹਿਤ ਦੋਸ਼ੀਆਂ ਦੇ ਖਿਲਾਫ਼ ਐਫ ਆਈ ਆਰ ਦਰਜ ਕਰਨ ਦੀ ਮੰਗ ਕਰਦਾ ਅਤੇ ਇਸ ਸ਼ੋਅ ਦੇ ਵਿੱਚ ਜਿਹੜੇ ਘਟੀਆ ਪ੍ਰਦਰਸ਼ਨ ਹੋ ਰਹੇ ਨੇ ਉਹਨਾਂ ਨੂੰ ਰੋਕਿਆ ਜਾਵੇ। ਤਾਂ ਮਾਮਲਾ ਇਹ ਹੈ ਕਿ ਜਿਹੜੀ ਅਰਜ਼ੀ ਦਿੱਤੀ ਗਈ ਹੈ ਉਸ ਦੇ ਵਿੱਚ 19 ਜਨਵਰੀ 2020 ਦੇ ਇੱਕ ਐਪੀਸੋਡ ਦਾ ਜ਼ਿਕਰ ਕੀਤਾ ਗਿਆ ਜਿਸਦਾ ਦੁਬਾਰਾ ਪ੍ਰਸਾਰਣ ਹੋਇਆ 24 ਅਪ੍ਰੈਲ 2021 ਨੂੰ। ਇਹ ਐਪੀਸੋਡ ਜਿਹੜਾ ਦੁਬਾਰਾ ਦਿਖਾਇਆ ਜਾਂਦਾ ਹੈ। ਇਸ ਤੋਂ ਬਾਅਦ ਇਹ ਮਾਮਲਾ ਜਿਹੜਾ ਹਾਈਲਾਈਟ ਹੋਇਆ ਅਤੇ ਵਕੀਲ ਦੇ ਵੱਲੋਂ ਇਹ ਅਰਜ਼ੀ ਜਿਹੜੀ ਦਾਇਰ ਕੀਤੀ ਗਈ ਕਿ ਇਸ ਸ਼ੋਅ ਦੇ ਖਿਲਾਫ਼ ਐਫ ਆਈ ਆਰ ਦਰਜ ਕੀਤੀ ਜਾਵੇ। ਤਾਂ ਮੁਸ਼ਕਿਲਾਂ ਦੇ ਵਿੱਚ ਘਿਰਦਾ ਜਿਹੜਾ ਨਜ਼ਰ ਆ ਰਿਹਾ। ਇੱਕ ਵਾਰ ਫਿਰ ਤੋਂ ਇਹ ਸ਼ੋਅ ਵਿਵਾਦ ਖੜ੍ਹੇ ਹੋਏ ਨੇ। ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਪਿਲ ਸ਼ਰਮਾ ਸ਼ੋਅ ਦੇ ਨਾਲ ਜੁੜੀ ਹੋਈ ਕਿ ਐਫ ਆਈ ਆਰ ਦਰਜ ਕਰਨ ਦੀ ਮੰਗ ਕੀਤੀ ਗਈ ਹੈ ਕਿਉਂਕਿ ਲੜਕੀਆਂ ਦੇ ਖਿਲਾਫ਼ ਅਸ਼ਲੀਲ ਟਿੱਪਣੀਆਂ ਜਿਹੜੀਆਂ ਨੇ ਸ਼ੋਅ ਦੇ ਵਿੱਚ ਕੀਤੀਆਂ ਗਈਆਂ ਨੇ। ਇੱਕ ਐਪੀਸੋਡ ਆਇਆ ਸੀ ਜੋ ਕਿ ਜਨਵਰੀ 2020 ਦੇ ਵਿੱਚ ਆਉਂਦਾ ਅਤੇ ਉਸ ਤੋਂ ਬਾਅਦ ਫਿਰ ਉਸਨੂੰ 24 ਅਪ੍ਰੈਲ 2021 ਦੇ ਵਿੱਚ ਇੱਕ ਵਾਰ ਫਿਰ ਤੋਂ ਜਿਹੜਾ ਫਰਮਾਇਆ ਜਾਂਦਾ ਦਿਖਾਇਆ ਜਾਂਦਾ ਹੈ ਜਿਸ ਦੇ ਵਿੱਚ ਸ਼ਰਾਬ ਦਾ ਜਿਹੜਾ ਸੇਵਨ ਕਲਾਕਾਰ ਕਰ ਰਹੇ ਨੇ ਅਤੇ ਲੜਕੀਆਂ ਦੇ ਖਿਲਾਫ਼ ਗਲਤ ਟਿੱਪਣੀਆਂ ਦਾ ਇਹ ਮਾਮਲਾ ਹੈ। ਤੁਹਾਨੂੰ ਵੇਖਣਾ ਹੋਏਗਾ ਕਿ ਸ਼ੋਅ ਦੇ ਖਿਲਾਫ਼ ਐਫ ਆਈ ਆਰ ਦਰਜ ਹੁੰਦੀ ਹੈ ਜਾਂ ਫਿਰ ਕੀ ਕਹਿਣਾ ਹੈ ਕਪਿਲ ਸ਼ਰਮਾ ਸ਼ੋਅ ਦੇ ਇਹਨਾਂ ਕਲਾਕਾਰਾਂ ਦਾ ਅਤੇ ਡਾਇਰੈਕਟਰ ਦਾ ਕਿ ਆਖਿਰਕਾਰ ਸ਼ੋਅ ਦੇ ਵਿੱਚ ਅਜਿਹੇ ਪ੍ਰਦਰਸ਼ਨ ਕਿਉਂ ਕੀਤੇ ਜਾ ਰਹੇ ਨੇ ਅਤੇ ਲੋਕਾਂ ਦੇ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਕਿ ਅਜਿਹੇ ਪ੍ਰਦਰਸ਼ਨ ਜਿਹੜੇ ਨੇ ਉਹ ਰੋਕੇ ਵੀ ਜਾਣ। ਹੁਣ ਨਵੀਆਂ ਅਤੇ ਤਾਜ਼ਾ ਅਪਡੇਟ ਦੇ ਲਈ ਜੁੜੇ ਹੋ ਸਕਾਈ ਨਿਊਜ਼ ਪੰਜਾਬ ਦੇ ਨਾਲ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।